ਅਸਲਾਮ ਵਾਲੇਕੁਮ ਦੋਸਤੋ, ਤੁਸੀਂ ਵੇਖਦੇ ਪਏ ਹੋ ਪਾਕ ਵਤਨ ਪੰਜਾਬ ਟੀਵੀ ਤੇ ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਜਾਫਰ। ਜਿਵੇਂ ਕਿ ਤੁਹਾਡਾ ਵੀਰ ਮੁਹੰਮਦ ਜਾਫਰ ਔਰ ਮੁਹੰਮਦ ਨਦੀਮ ਦਿਲ ਨਿਸਬਤ ਮੁਖਤਲਿਫ ਜਾਨਵਰਾਂ ਦੀ ਵੀਡੀਓ ਲੈ ਕੇ ਹਾਜ਼ਰ ਹੁੰਦੇ ਨੇ। ਅੱਜ ਦੀ ਵੀਡੀਓ ਦੋਸਤੋ ਇਨਸ਼ਾਅੱਲਾ ਕੁਛ ਬਹੁਤ ਜ਼ਿਆਦਾ ਹੀ ਲਾਜਵਾਬੇ ਦੋਸਤਾਂ ਨੇ ਗੱਲਾਂ ਸੁਣਨੀਆਂ ਨੇ, ਔਰ ਬਕਾਇਆ ਕੁਝ ਹੋਰ ਬੰਦਿਆਂ ਨੇ ਵੀ ਗੱਲਾਂ ਅੱਜ ਬੜੀਆਂ ਕੰਨ ਲਾ ਕੇ ਸੁਣਨੀਆਂ ਨੇ। ਅੱਲਾਹ ਦੇ ਹੁਕਮ ਨਾਲ ਇਨਸ਼ਾਅੱਲਾ ਤੁਹਾਡਾ ਵੀਰ ਮੁਹੰਮਦ ਜਾਫਰ ਜਿੱਥੇ ਹੱਥ ਪਾਉਂਦਾ ਹੈ ਪੱਕਾ ਪਾਉਂਦਾ ਹੈ, ਜਿਹੜਾ ਕਰਦਾ ਹੈ ਉਹਦੇ ਵਿੱਚ ਇਨਸ਼ਾਅੱਲਾ ਕਮੀ ਨਹੀਂ ਰਹਿਣ ਦਿੰਦਾ 1%। ਜੁੱਟ ਦੀ ਵੀਡੀਓ ਲੱਗੀ ਹੈ, ਗੱਲਾਂ ਜਿੰਝ ਦੀਆਂ ਜੇ ਅਸੀਂ ਕਰਨੀਆਂ ਨੇ ਕਿਸੇ ਕੋਲ ਕਰਵਾਇਆ ਜੇ ਜਾਂ ਕਿਸੇ ਕੋਲ ਸੁਣਿਆ ਜੇ ਤਾਂ ਫਿਰ ਆਖਿਆ ਕਿ ਬਈ ਅਸੀਂ ਗਲਤ ਹੈ ਜੇ ਕੋਈ ਨਾ ਕਰ ਸਕੇ। ਅਸੀਂ ਇਨਸ਼ਾਅੱਲਾ ਅੱਲਾਹ ਦੇ ਹੁਕਮ ਨਾਲ ਮੈਰਿਟ 'ਤੇ ਹੈ, ਹੱਕ 'ਤੇ ਹੈ, ਔਰ 16 ਨੇ ਖਰੇ ਹੈ। 385,000 ਰੁਪਇਆ ਕੈਮਰਾਮੈਨ ਜੁੱਟੀ ਦਾ ਚਿਹਰਾ ਹੀ ਵਿਖਾਣਾ ਦੋਸਤਾਂ ਨੂੰ, ਸਾਰੀ ਇਨਸ਼ਾਅੱਲਾ ਤਸੱਲੀ ਹੋ ਜਾਣੀ। 385,000 ਰੁਪਇਆ ਬਾਈ ਮੁਹੰਮਦ ਨਿਵਾਜ਼ ਨੇ ਡਿਮਾਂਡ ਕੀਤੀ ਸੀ। ਉਹਨੇ ਕਿਹਾ ਕਿ 380,000 ਰੁਪਏ ਤੋਂ 100 ਰੁਪਇਆ ਘੱਟ ਨਹੀਂ ਲੈਣਾ। ਇਸੇ ਤਰ੍ਹਾਂ ਜੀ, ਇੱਧਰ ਕੈਮਰਾ ਕਰੇ ਜੀ, ਰਾਈ ਸਾਹਿਬ, ਬਾਈ ਮੁਹੰਮਦ ਨਿਵਾਜ਼ ਰਾਈ ਸਾਹਿਬ, ਹਾਂਜੀ, ਅੱਛਾ, 380,000 ਤੋਂ 100 ਘੱਟ ਨਹੀਂ ਲੈਣਾ, ਨਹੀਂ ਲੈਣਾ, ਇਸੇ ਤਰ੍ਹਾਂ ਨਾਲ, ਹਾਂਜੀ, ਅੱਛਾ। ਹੁਣ ਇਹ ਗੱਲ ਲੋਹ ਰੰਗੀ ਰਿਜ਼ਕ ਦੇ ਵਿੱਚ ਖਣੀ ਹੈ, ਤੇਰੇ ਤਾਂ ਸਾਰੀ ਰਕਮ ਆਰਾਮ ਹੈ, ਜੇ ਗੱਲ ਫਰਕ ਵਾਲੀ ਕਰੇ ਨਹੀਂ ਨਹੀਂ ਕੋਈ ਫਰਕ ਨਹੀਂ, 100 ਘੱਟ 80 ਤਾਂ ਨਹੀਂ ਲਈ, ਨਹੀਂ ਨਹੀਂ, 300,000 100 ਘੱਟ 80 ਤਾਂ ਨਹੀਂ, ਨਹੀਂ ਨਹੀਂ, ਪੂਰਾ 80 ਹੈ, 80 ਪੂਰਾ 80 ਵੀ ਇਹ ਗੱਲ ਵਾਜ਼ਿਆ ਆਖਦੇ ਪਏ ਆ ਸਬਸਕ੍ਰਾਈਬਰ ਦੀ ਵੀਡੀਓ ਦੇ ਵਿੱਚ ਬਾਂਹ ਖੜੀ ਕਰਕੇ ਅੱਲਾਹ ਦੇ ਹੁਕਮ ਨਾਲ ਸਾਡੇ ਤੇ 100 ਰੁਪਇਆ ਇੱਕ ਰਤਾ ਨੋਟ ਸਾਬਤ ਹੋ ਜਾਵੇ, ਸਾਡੇ ਤੇ ਆਰਾਮ ਹੈ। ਇਹ ਪਾਕ ਵਤਨ ਪੰਜਾਬ ਟੀਵੀ ਦਾ ਆਪਣਾ ਮਿਆਰ ਹੈ, ਤੁਹਾਡੇ ਵੀਰ ਮੁਹੰਮਦ ਜਾਫਰ ਦਾ ਇੱਕ ਨਾਮ ਹੈ, ਗਵਾਉਣਾ ਨਹੀਂ, ਦੌਲਤ ਆਉਣ ਜਾਣ ਵਾਲੀ ਚੀਜ਼ ਹੈ, ਇੱਜ਼ਤ ਜਿਹੜੀ ਰੱਬ ਨੇ ਬਖਸ਼ੀਏ ਇਹ ਦੁਬਾਰਾ ਨਹੀਂ ਮਿਲਦੀ। ਡੰਡੀਆਂ ਮਾਰਿਆਂ ਵਿੱਚ ਕਰਪਸ਼ਨ ਕੀਤਿਆਂ ਅੱਲਾਹ ਦੇ ਹੁਕਮ ਨਾਲ ਸਾਡੀ ਬਾਂਹ ਖੜੀਏ, ਅੱਜ ਤੱਕ ਕੋਈ ਬੰਦਾ ਸਾਬਿਤ ਕਰ ਦੇਵੇ 100 ਰੁਪਇਆ ਅਸੀਂ ਜੁਰਮਦਾਰ ਹੈ। ਬਕਾਇਆ ਜੋਟੀ ਦਾ ਸੌਦਾ ਹੋ ਗਿਆ, ਹੋ ਗਿਆ ਜੀ, ਗੱਲਬਾਤ ਹੋ ਗਈ, ਬੜੀ ਹੋ, ਨਹੀਂ ਵੀ ਹੋਇਆ ਤਾਂ ਸਾਨੂੰ ਯਕੀਨ ਆ ਕਿ ਵੀ ਇੱਥੇ ਦੂਜੀ ਨਹੀਂ ਹੋਣੀ, ਨਹੀਂ ਹੋਣੀ, ਵੀਡੀਓ ਲੱਗ ਗਈ, ਲੱਗ ਗਈ, ਵੀਡੀਓ ਲੱਗਣ ਤੋਂ ਬਾਅਦ ਕੱਲ ਦੀ ਡੇਟ ਤੁਸੀਂ ਆਏ, ਪੈਸੇ ਤੈਨੂੰ ਕੋਈ ਦੇ ਗਏ, ਦੇ ਗਏ ਨੇ, ਗੱਲ ਤੈਨੂੰ ਸਾਰੀ ਸਮਝਾ ਕਰ ਗਏ, ਬਿਲਕੁਲ ਬਿਲਕੁਲ, ਸਾਡੇ ਜਾਣ ਤੋਂ ਬਾਅਦ ਕੋਈ ਬੰਦੇ ਆਏ ਜਿਨ੍ਹਾਂ ਆਖਿਆ ਕਿ ਬਈ ਅਸੀਂ ਸਾਨੂੰ ਜਾਫਰ ਨੇ ਭੇਜਿਆ, ਜੀ ਆ ਜੀ ਆ, ਤੂੰ ਵੀ ਸਮਝਿਆ ਕਿ ਬਈ ਜਾਫਰ ਨੇ ਭੇਜਿਆ ਹੋਣਾ, ਹਾਂਜੀ, ਮੁੜ ਮੈਂ ਤਾਂ ਆਖਾਂ ਜੋ ਜਾ ਫੇਰ ਦੇ ਉਸ ਨੂੰ ਪੁੱਛਦਾ ਕਰ ਲੈਣੀ ਆ, ਕੀ ਮੈਨੂੰ ਪਿਆਖਦਾ ਵੀ ਆ ਮੁੜੇ ਲੈ ਉੱਥੇ ਪੈਂਤ ਕਚਾਰੀ ਲੱਗੀ ਰਹੀ, ਹਾਂ ਪਈ ਉਥੋਂ ਹੋਈ ਨਾ, ਜੇ ਉਥੋਂ ਨਹੀਂ ਪਈ, ਹਾਂਜੀ, ਉਹਨਾਂ ਡੰਡੀ ਮਾਰੀ ਕਿ ਸਾਨੂੰ ਜਾਫਰ ਨੇ ਭੇਜਿਆ, ਜੀ ਆ ਜੀ ਆ, ਤੇ ਮੱਝ ਵਿਖਾ, ਹਾਂਜੀ, ਇਸੇ ਤਰ੍ਹਾਂ ਨਾਲ, ਬਿਲਕੁਲ ਜੀ, ਤੈਨੂੰ ਗੱਲੀ ਬਾਤੀ ਪਤਾ ਲੱਗ ਗਿਆ ਕਿ ਬਈ, ਹਾਂਜੀ, ਏਰਾ ਫੇਰੀ ਹੈ ਮੇਰੇ ਨਾਲ, ਏਰਾ ਫੇਰੀ ਹੈ ਮੇਰੇ ਨਾਲ, ਇਹ ਕੋਈ ਚਾਲ ਹੈ, ਜੀ ਆ ਜੀ ਆ, ਇਹ ਕੋਈ ਗੇਮ ਹੈ, ਹਾਂਜੀ, ਇਸੇ ਤਰ੍ਹਾਂ ਨਾਲ, ਬਿਲਕੁਲ ਜੀ, ਬੜੇ ਰੋਲੇ ਬੜੇ ਰੱਪੇ ਬੜੇ ਸਾਧ ਬਣੇ ਕਿ ਬਈ ਜੋਟੀ ਨਹੀਂ ਦੇਣ ਦੇਣੀ, ਨਹੀਂ ਦੇਣੀ, ਬਿਲਕੁਲ ਨਹੀਂ, ਇਵੇਂ ਗੱਲ ਹੋਈ ਕਿ ਬਈ ਨਹੀਂ ਦੇਣ ਦੇਣੀ, ਹਾਂ, ਤੂੰ ਆ ਕੇ ਕਿ ਬਈ ਮੈਂ ਜਿੱਬ ਕੀਤੀ ਹੈ, ਮੈਂ ਆਦੀ ਜਿੱਬ ਤੇ ਕਹਿ ਮੈਂ, ਇਨਸ਼ਾਅੱਲਾ, ਉਹ ਗੱਲਾਂ ਚੰਗੀਆਂ ਨਹੀਂ ਹੁੰਦੀਆਂ, ਮਿਸਾਲ ਦੇ ਤੌਰ ਤੇ ਇਹ ਜੋਟੀ ਹੈ, ਤੂੰ ਸਾਡੇ ਕੋਲ ਰੁਪਈਏ ਗਿਣ ਲੈਣ, ਬਾਈ ਗਿਣ ਲੈਣਗੇ, ਅੱਛਾ, ਪੈਸੇ ਕਿੱਥੇ ਨੇ ਮੁੰਡੇ ਲੈਣ ਦੇਣ, ਪੈਸੇ ਨੇ, ਪੈਸੇ ਲੈ ਆਉਂਦੇ ਨੇ, ਉਹਨੂੰ ਆਖ ਵੀ ਪੈਸੇ ਲਿਆ ਕਰ ਵਿੱਚ ਇੱਥੇ ਵੀਡੀਓ ਦੇ ਵਿੱਚ ਵਿਖਾਵੇ, ਜਾ ਵੀ ਨਿਕਲ ਲਿਆ, ਅੱਛਾ, ਗਿਣ ਕੇ ਸਾਂਭ ਲੈਣ, ਉਹ ਮੁੰਡਾ ਲੈਣ ਗਿਆ, ਬਿਲਕੁਲ ਬਿਲਕੁਲ, ਜਦੋਂ ਜੀ ਤੂੰ ਪੈਸੇ ਗਿਣ ਕੇ ਸਾਂਭ ਕੇ ਰੱਖ ਲੈਣੇ ਆ, ਜੋਟੀ ਲੈ ਕੇ ਘਰ ਪਹੁੰਚ ਜਾਂਦੇ, ਜੀ ਆ ਪਾ, ਮਗਰ ਤੂੰ ਚਲਾ ਜਾਂਦਾ, ਹਾਂਜੀ, ਕਿ ਵੀ ਜੋਟੀ ਜਾਫਰ ਵਾਪਸ ਕਰ, ਹਾਂ, ਨਹੀਂ, ਦੱਕੇ ਨਾਲ, ਹਾਂ, ਨਹੀਂ, ਵਿਰਾਪੀ ਤੌਰ ਤੂੰ ਜਾਣੀ, ਹਾਂ, ਉਹ ਤਾਂ ਵਿਰਾਹ ਹੈ ਨਾ, ਸਾਰੀਆਂ ਦਾ ਹਟਾ ਸੰਗਨੇ ਆ, ਹਟਾ ਸੰਗਨੇ, ਜਿਹੜੇ ਆਈ ਹਟਾਵਣਾ ਨਾ, ਤੋਨੇ ਨਾਲ ਨਹੀਂ ਹਟਾਵਣੀ ਚਾਹੀਦੀ, ਤੋਨੇ ਨਾਲ, ਹਾਂ, ਇਹ ਬਣੀ ਰਹਿੰਦੀ, ਨਹੀਂ ਰਹਿੰਦੀ, ਬਦਮਾਸ਼ੀ ਨਹੀਂ ਰਹਿੰਦੀ, ਨਹੀਂ, ਨਹੀਂ, ਜਾਫਰ ਜਬੇਲ ਕੋਲੋਂ ਇਜਾਜ਼ ਬੇਲ ਕੋਲੋਂ ਅੱਲਾ ਦੀ ਮਿਹਰਬਾਨੀ ਨਾਲ ਬਦਮਾਸ਼ੀ ਨਾਲ ਨਹੀਂ ਕੋਈ ਲੈ ਸਕਦਾ, ਨਹੀਂ ਲੈ ਸਕਦਾ, ਰੱਪੀ ਨਾਲ, ਰੱਪੀ ਨਾਲ ਜਵਾਈ ਦਾ ਸਾਰੇ ਦਾ ਬੜਾ ਕੱਟ ਸਕਦਾ,
ਅੱਜ ਤੱਕ ਅੱਲਾ ਦੇ ਹੁਕਮ ਨਾਲ ਦੇਖ ਲਿਆ ਸੀ ਔਰ ਬੰਦਾ ਇਸੇ ਗੱਲ ਜੇਬ ਤੇ ਕਾਇਮ ਰਹਿਣਾ ਕਾਇਮ ਰਹਿਣਾ ਜੇਬ ਤੂੰ ਬਦਲ ਜਾਣਾ ਜਿੱਦਾਂ ਬਦਮਾਸ਼ ਹੋਏ ਜਿੱਦਾਂ ਲਾਟੀ ਟੀਨ ਮਿੰਨਤ ਨਾਲ ਬਾਬੇ ਦੀ ਕੀਤੀ ਪੈਸੇ ਨਾਲ ਬਾਬੇ ਇਸਮਾਇਲ ਸਾਡਾ ਦੋਸਤੋ ਬੜਾ ਬਾਈ ਏ ਦਿਲੀ ਬਾਈ ਏ ਇਨਸ਼ਾਅੱਲਾ ਨੀਰਾ ਮੂੰਹ ਬੋਲਿਆ ਨਹੀਂ ਅੱਲਾ ਦੇ ਹੁਕਮ ਨੂੰ ਬਾਈ ਸਮਝ ਕੇ ਉਹਨੇ ਸਾਡੇ ਤੇ ਇਤਮਾਦ ਕੀਤਾ ਬਾਈ ਸਮਝ ਕੇ ਉਹਨੇ ਸੌਦਾ ਕੀਤਾ ਅਸੀਂ ਉਹਨੂੰ ਬਾਈ ਸਮਝ ਕੇ ਗਿਫਟ ਲੈ ਦਿੱਤਾ ਜੋਟੀ ਬਾਈ ਨਵਾਜ ਦੀ ਬਹੁਤ ਚੰਗੀ ਏ ਪੰਜਾਂ ਕਾਪੀਆਂ ਦੀ ਏ ਅੱਛਾ ਬਾਈ ਜੋਟੀ ਦਾ ਜੀ ਸਰ 385 ਰੇਟ ਕਰਵਾਇਆ ਹਾਂਜੀ ਤੂੰ ਸਾਡੇ ਕੋਲ ਡਾਇਰੈਕਟ ਦੀ ਉਹਨੇ ਮੰਗਿਆ ਤੇਰੇ ਪਹਿਲੇ ਉੱਚੇ ਖਾਬ ਸੀ ਤੇ ਬੜੇ ਝਗੜੇ ਹੋਏ ਨੇ ਵੀਡੀਓ ਦੇ ਪਹਿਲੇ ਹੋਏ ਨਾ ਜਾਂ ਨਹੀਂ ਤੂੰ ਆਖਿਆ ਵੀ ਜਿਹੜਾ ਫਾਈਨਲ ਈ ਉਹ 3 ਲੱਖ ਬਿਲਕੁਲ ਇਵੇਂ ਗੱਲ ਬਕਾਇਆ ਖੁਦ ਵੀ ਖਵਾਇਸ਼ ਹੋਈ ਸਾਂ ਤੈਨੂੰ ਭੇਜੀ ਉਹ ਸਾਡਾ ਬਾਈ ਏ ਸਾਡੇ ਘਰ ਜਾ ਰਹੀ ਏ ਕੈਮਰਾਮੈਨ ਫਿਰ ਨਜ਼ਰ ਪਾਣੀ ਏ ਪਿਆਰਾ ਵੀਰ ਏ ਦਿਲੀ ਬਾਈ ਏ ਜਨਾਬ ਇਸ਼ਫਾਕ ਗੁਜਰ ਸਾਹਿਬ ਆਲ ਮੁਕੀਮ ਦੁਬਈ ਰਾਮ ਜ਼ਿਲ੍ਹਾ ਫੈਸਲਾਬਾਦ ਚੱਕ 217 ਅੱਲਾ ਪਾਕ ਖੈਰੋਫੀਅਤ ਨਾਲ ਜਨਾਬ ਦੇ ਡੇਰੇ ਤੇ ਲੈ ਜਾਏ ਅੱਛਾ ਯਾਰ ਇਹਨੂੰ ਮਾੜਾ ਜਿਹਾ ਟੋਰੋ ਕਿਉਂਕਿ ਮੇਰੇ ਭਰਾ ਦਾ ਹੁਕਮ ਹੋਇਆ ਕਿ ਜੋਟੀ ਟੁਰਦੀ ਫਿਰਦੀ ਲਾਜ਼ਮੀ ਵਖਾਈ ਬਾਈ ਸਬਾਜ ਇਹਨੂੰ ਨਾ ਨਹੀਂ ਆਵਾਜ਼ ਨਹੀਂ ਨਹੀਂ ਲੈ ਚੰਗੀ ਪਰ ਨਹੀਂ ਚਲੋ ਇਹ ਜਾਓ ਜਿਹਦੇ ਟੁਰਦੀ ਟੁਰੰਦੇ ਮਾਸ਼ਾਅੱਲਾ ਇਹ ਦੋਸਤੋ ਮੱਕੇ ਦਾ ਬੀ ਏ ਹਕੀਕ ਦਾ ਮਣਕਾ ਹੈ ਸੁੱਚਾ ਮੋਤੀ ਹੈ ਮਾਸ਼ਾਅੱਲਾ ਇਹਨਾਂ ਦੀ ਨਿੱਕੀ ਨਿੱਕੀ ਸਿੰਗੀ ਮਕੂਲ ਜਿਹੀ ਔਰ ਬੜੀ ਲਾਜਵਾਬ ਖੂਬਸੂਰਤ ਦੋਸਤਾਂ ਨੇ ਕਦੇ ਤੱਕੀ ਨਹੀਂ ਹੋਣੀ ਅੱਲਾ ਮੇਰੇ ਦੇ ਹੁਕਮ ਨਾਲ ਲਵੀਆਂ ਉਮਰਾਂ ਦੀ ਜੋਟੀ ਏ ਪਨੋਟੀ ਏ ਦੰਦਾਂ 'ਚ ਮਾਸ਼ਾਅੱਲਾ ਬਿਲਕੁਲ ਲਵੀ ਏ ਬਾਈ ਨਵਾਜ ਬੜੀਆਂ ਮਿੰਨਤਾਂ ਤਰਲੇ ਬੰਦਿਆਂ ਨੇ ਕੀਤੇ ਕਿ ਜੋਟੀ ਨਹੀਂ ਦੇਣ ਦੇਣੀ ਸੁਣੀ ਸਾਰੀ ਗੱਲ ਕਹਾਣੀ ਖਾਣਾ ਹੈ ਬਦਮਾਸ਼ੀ ਕਰੇ ਪਹਿਲੇ ਗੋਡੇ ਨੂੰ ਹੱਥ ਲਾਵੇ ਪੈਰ ਫੜੇ ਉਹ ਬਾਅਦ ਦੀ ਬਦਮਾਸ਼ੀ ਕੀਤੀ ਗਈ ਹੈ ਕੋਈ ਬਦਮਾਸ਼ੀ ਨਹੀਂ ਬਕਾ ਦੋਸਤੋ ਇਨਸ਼ਾਅੱਲਾ ਪੰਜਾਬ ਦੀ ਤੁਹਾਡੇ ਵੀਰ ਮੁਹੰਮਦ ਜਾਫਰ ਦਾ ਨਾਮ ਇੰਜ ਲੈਣਾ ਅੱਲਾ ਦੇ ਹੁਕਮ ਨਾਲ ਜਿਵੇਂ ਕਰਕੇ ਦੋਸਤ ਮੁਹੱਬਤਾਂ ਕਰਦੇ ਨੇ ਸਾਡੀਆਂ ਮੁਹੱਬਤਾਂ ਦੋਸਤਾਂ ਲਈ ਵੱਧ ਤੋਂ ਵੱਧ ਹੈਗੀਆਂ ਨੇ ਉਮੀਦਾਂ ਬੜੀਆਂ ਨੇ ਕਿ ਵੀਡੀਓ ਪਸੰਦ ਆ ਸੀ ਵੀਡੀਓ ਪਸੰਦ ਆਏ ਲਾਈਕ ਸ਼ੇਅਰ ਔਰ ਮੁਹੱਬਤ ਵਾਲਾ ਕਮੈਂਟ ਲਾਜ਼ਮੀ ਕਰਨੇ ਨੇ ਬਕਾਇਆ ਅਸੀਂ ਇਨਸ਼ਾਅੱਲਾ ਦਾਜਬਾ ਦਿੰਦੇ ਹਾਂ ਬਾਈ ਮੁਹੰਮਦ ਨਿਵਾਜ਼ ਨੂੰ ਕਿ ਪੂਰੀ ਜ਼ਬਾਨ ਜਵਾਨਾਂ ਵਾਲੀ ਮਰਦਿਆਂ ਮਰਦ ਬੰਦਿਆਂ ਵਾਲੀ ਰੱਖ ਕੇ ਕਰਕੇ ਕਾਇਮ ਰਿਹਾ ਉਹਦਾ ਸ਼ੁਕਰੀਆ ਇਹ ਜਨਾਬ ਇਹਨੂੰ ਹੱਥ ਫੇਰੋ ਜੀ ਅੱਲਾ ਪਾਕ ਮਾਲਕਾਂ ਨੇ ਨਸੀਬ ਕਰੇ ਇਸ਼ਫਾਕ ਗੁਜਰ ਆਲ ਮੁਕੀਮ ਦੁਬਈ ਫਰਮ ਜ਼ਿਲ੍ਹਾ ਫੈਸਲਾਬਾਦ ਅਸੀਂ ਬਾਈ ਨਵਾਜ਼ ਦੇ ਕੰਨਾਂ ਤੱਕ ਰਾਜ਼ੀ ਹੈ ਕਿ ਉਹਨੇ ਸਾਰਿਆਂ ਨੂੰ ਪਿੱਛਾ ਕਰਕੇ ਲੱਗਦਿਆਂ ਨੂੰ ਪਿੱਛਾ ਕਰਕੇ ਸਾਡੇ ਕੱਖ ਰੱਖੇ ਨੇ ਇੱਜ਼ਤ ਰੱਖੀਏ ਸਾਨੂੰ ਇਜਾਜ਼ ਨਵੀਂ ਅੱਛੀ ਬਿਹਤਰੀਨ ਵੀਡੀਓ ਲੈ ਕੇ ਆਉਂਗਾ ਹਾਜ਼ਰ ਅੱਲਾ ਹਾਫਿਜ਼ ਪਾਕਿਸਤਾਨ ਜ਼ਿੰਦਾਬਾਦ